ਪ੍ਰਭੂ ਤੁਹਾਡੀ ਉਦਾਸੀ ਨੂੰ ਖੁਸ਼ੀ ਦੇ ਵਿੱਚ ਬਦਲਣ ਜਾ ਰਹੇ ਹਾਂ। ਹਾਲੇਲੂਯਾ। ਆਓ ਆਪਾਂ ਦੇਖਦੇ ਹਾਂ ਯੋਹੰਨਾ ਦੀ ਕਿਤਾਬ ਉਹਦਾ 16 ਨੰਬਰ ਅਧਿਆਇ ਉਹਦੀ 20 ਨੰਬਰ ਤੋਂ ਲੈ ਕੇ 24 ਨੰਬਰ ਪੰਕਤੀ ਤੱਕ। ਇਹ ਪ੍ਰਭੂ ਯੇਸੂ ਮਸੀਹ ਜਾਂਦੇ ਵੇਲੇ ਆਪਣੇ ਚੇਲਿਆਂ ਦੇ ਨਾਲ ਗੱਲਾਂ ਕਰਦੇ ਆ। ਲਿਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ, ਪਰ ਜਗਤ ਆਨੰਦ ਕਰੇਗਾ। ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਆਨੰਦ ਨਾਲ ਬਦਲ ਜਾਵੇਗੀ। ਹਾਲੇਲੂਯਾ, ਹਾਲੇਲੂਯਾ। ਸੋ ਵਚਨ ਕੀ ਦੱਸਦਾ? ਪ੍ਰਭੂ ਯੇਸੂ ਮਸੀਹ ਕਹਿੰਦੇ, ਤੁਸੀਂ ਰੋਵੋਗੇ, ਤੁਸੀਂ ਉਦਾਸ ਹੋਵੋਗੇ ਤੇ ਜਗਤ ਆਨੰਦ ਕਰੇਗਾ। ਜਦੋਂ ਅਸੀਂ ਉਦਾਸ ਹੁੰਦੇ ਹਾਂ, ਉਹ ਲੋਕ ਜਿਹੜੇ ਸਾਨੂੰ ਉਦਾਸ ਦੇਖਣਾ ਚਾਹੁੰਦੇ ਉਹ ਖੁਸ਼ ਹੋ ਜਾਂਦੇ ਆ। ਜਦੋਂ ਚਰਚ ਆਉਣ ਵਾਲੇ ਲੋਕ ਉਦਾਸ ਹੁੰਦੇ ਆ, ਤਾਂ ਉਹ ਲੋਕ ਜਿਹੜੇ ਚਰਚ ਵਾਲਿਆਂ ਨੂੰ ਚਰਚ ਜਾਣ ਤੋਂ ਰੋਕਣਾ ਚਾਹੁੰਦੇ ਉਦੋਂ ਉਹ ਖੁਸ਼ ਹੋ ਜਾਂਦੇ ਆ। ਤੇ ਜੇਕਰ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਰੋਕਣ ਵਾਲੇ ਸ਼ਰਮਿੰਦੇ ਹੋਣ, ਤਾਂ ਵਚਨ ਤੁਹਾਨੂੰ ਏਦਾਂ ਕਹਿੰਦਾ ਆ, ਪਰ ਤੁਹਾਡੀ ਉਦਾਸੀ ਆਨੰਦ ਵਿੱਚ ਬਦਲ ਜਾਵੇਗੀ। ਆਮੇਨ। ਜਦੋਂ ਤੁਸੀਂ ਖੁਸ਼ ਹੋਵੋਗੇ, ਤੁਹਾਡੇ ਵਿਰੋਧੀ ਸ਼ਰਮਿੰਦੇ ਹੋ ਜਾਣਗੇ, ਉਹ ਉਦਾਸ ਹੋ ਜਾਣਗੇ। ਹਾਲੇਲੂਯਾ। ਇਸ ਲਈ ਜਦ ਕਦੀ ਵੀ ਗਲੀ ਚੋਂ ਲੰਘੋ, ਹੱਸਦੇ ਹੋਏ ਯੇਸੂ ਯੇਸੂ ਕਰਦੇ ਲੰਘਿਆ ਕਰੋ। ਕਹਿ ਆਪਾਂ ਨੂੰ ਲੜਨਾ ਤਾਂ ਮਨਾ ਆ, ਗਾਲਾਂ ਕੱਢਣਾ ਵੀ ਮਨਾ ਆ, ਰੋੜੇ ਬੱਟੇ ਮਾਰਨਾ ਵੀ ਮਨਾ ਆ, ਬਦੁਆ ਦੇਣੀ ਵੀ ਮਨਾ ਆ, ਪਰ ਆਪਾਂ ਨੂੰ ਯੇਸੂ ਯੇਸੂ ਕਰਨਾ ਥੋੜੀ ਮਨਾ ਆ, ਆਪਾਂ ਨੂੰ ਹੱਸਣਾ ਥੋੜੀ ਮਨਾ ਆ, ਆਪਾਂ ਨੂੰ ਉਤਸਵ ਮਨਾਉਣਾ ਥੋੜੀ ਮਨਾ ਆ, ਆਨੰਦ ਕਰਨਾ ਥੋੜੀ ਮਨਾ ਆ। ਇਸ ਲਈ ਜਿਹੜਾ ਕੰਮ ਵੱਟਾ ਕਰ ਸਕਦਾ ਆ, ਉਹੀ ਕੰਮ ਤੁਹਾਡਾ ਹੱਸਣਾ ਵੀ ਕਰ ਸਕਦਾ ਆ। ਹਾਲੇਲੂਯਾ, ਹਾਲੇਲੂਯਾ। ਜਿਹੜਾ ਕੰਮ ਲੋਕੀ ਗਾਲਾਂ ਕੱਢ ਕੇ ਕਰਦੇ ਆ, ਉਹੀ ਕੰਮ ਤੁਸੀਂ ਉਹਨਾਂ ਨੂੰ ਅਸੀਸ ਦੇ ਕੇ ਕਰ ਸਕਦੇ ਹੋ। ਹਾਲੇਲੂਯਾ, ਹਾਲੇਲੂਯਾ। ਕਹਿ ਕੇ ਸਾਡੀਆਂ ਅਸੀਸਾਂ ਉਹਨਾਂ ਨੂੰ ਇੱਦਾਂ ਲੱਗਦੀਆਂ ਜਿੱਦਾਂ ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਹੁੰਦੇ ਹਾਂ, ਪਰ ਤੁਸੀਂ ਅਸੀਸ ਗਾਲ ਸਮਝ ਕੇ ਨਾ ਦਿਓ। ਅਸੀਸ ਅਸੀਸ ਹੁੰਦੀ ਆ, ਗਾਲ ਗਾਲ ਹੀ ਹੁੰਦੀ ਆ। ਆਪਾਂ ਅਸੀਸ ਹੀ ਦੇਣੀ ਆ ਬਈ, ਤੁਸੀਂ ਵੀ ਸਾਡੇ ਵਰਗੇ ਹੋ ਜਾਓ ਯੇਸੂ ਮਸੀਹ ਦੇ ਨਾਮ 'ਚ। ਵਧੀਆ ਆ ਨਾ, ਜਦੋਂ ਸਾਡੇ ਵਰਗੇ ਹੋ ਜਾਣਗੇ ਫਿਰ ਸਾਡੇ ਨਾਲ ਤੁਰਨਗੇ। ਹਾਲੇਲੂਯਾ, ਹਾਲੇਲੂਯਾ। ਕਹਿੰਦਾ ਜਦੋਂ ਤੀਵੀ ਜੜਨ ਲੱਗਦੀ ਹੈ ਤਾਂ ਉਦਾਸ ਹੁੰਦੀ ਹੈ, ਇਸ ਕਾਰਨ ਜੋ ਉਹਦੀ ਘੜੀ ਆ ਪੁੱਜੀ ਹੈ, ਪਰ ਜਾਂ ਬਾਲਕ ਜੜ ਚੁੱਕਦੀ ਹੈ ਤਾਂ ਐਸ ਖੁਸ਼ੀ ਦੀ ਮਾਰੀ ਜੋ ਇੱਕ ਮਨੁੱਖ ਜਗਤ ਵਿੱਚ ਜੰਮਿਆ, ਉਹ ਉਸ ਪੀੜ ਨੂੰ ਫੇਰ ਚੇਤੇ ਨਹੀਂ ਕਰਦੀ। ਜਦੋਂ ਇੱਕ ਔਰਤ ਨੋਰਮਲ ਡਿਲੀਵਰੀ ਦੇ ਨਾਲ ਬੱਚੇ ਨੂੰ ਜਨਮ ਦਿੰਦੀ ਆ, ਤਾਂ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਦੀ ਹੈ। ਜੇਕਰ ਉਹ ਦਰਦ ਅਚਨਚੇਤ ਬਿਨਾਂ ਜਾਣਕਾਰੀ ਦੇ ਕਿਸੇ ਨੂੰ ਹੋਵੇ, ਤਾਂ ਉਸ ਦਰਦ ਨਾਲ ਬੰਦਾ ਮਰ ਸਕਦਾ ਆ, ਇੰਨੀ ਕੁ ਦਰਦ ਹੁੰਦੀ ਆ। ਪਰ ਉਹ ਉਸ ਦਰਦ ਨੂੰ ਕਿੱਦਾਂ ਬਰਦਾਸ਼ਤ ਕਰ ਜਾਂਦੀ ਆ, ਕਿਉਂਕਿ 9 ਮਹੀਨੇ ਤੋਂ ਉਹਦਾ ਦਿਮਾਗ ਪ੍ਰਪੇਅਰ ਹੁੰਦਾ ਆ ਕਿ ਇੱਕ ਦਿਨ ਮੈਨੂੰ ਇਸ ਦਰਦ ਵਿੱਚੋਂ ਦੀ ਲੰਘਣਾ ਪੈਣਾ ਆ, ਇਸ ਦਰਦ ਵਿੱਚੋਂ ਦੀ ਲੰਘਣਾ ਪੈਣਾ। ਬੱਚੇ ਦਾ ਜਨਮ ਦਰਦ ਦੇ ਰਾਹੀਂ ਹੀ ਹੋਣਾ ਆ, ਉਹਨੇ ਸੁਣਿਆ ਆ, ਉਹਨੇ ਸਮਝਿਆ ਤੇ ਉਹਨੇ ਆਪਣੇ ਮਨ ਨੂੰ ਤਿਆਰ ਕਰ ਲਿਆ ਉਹ ਦਰਦ ਝੱਲਣ ਦੇ ਲਈ। ਔਰ ਜੇ ਇਸ ਦਿਨ ਉਹ ਘੜੀ ਆਣ ਪੁੱਜੀ ਤੇ ਉਹਨੇ ਉਸ ਦਰਦ ਨੂੰ ਬਰਦਾਸ਼ਤ ਕਰ ਲਿਆ। ਔਰ ਲਿਖਿਆ, ਜਦੋਂ ਉਹ ਬੱਚੇ ਨੂੰ ਜਨਮ ਦੇ ਦਿੰਦੀ ਆ ਤੇ
ਖੁਸ਼ ਹੁੰਦੀ ਆ ਕਿ ਮੇਰੇ ਰਾਹੀਂ ਇੱਕ ਹੋਰ ਮਨੁੱਖ ਦਾ ਜਨਮ ਹੋਇਆ, ਉਹ ਉਸ ਦਰਦ ਨੂੰ ਭੁੱਲ ਜਾਂਦੀ ਆ ਤੇ ਚੇਤੇ ਵੀ ਨਹੀਂ ਕਰਦੀ। ਇਹ ਚੀਜ਼ ਸਾਨੂੰ ਬਹੁਤ ਗਹਿਰੀ ਸਮਝ ਦਿੰਦੀ ਆ। ਬਹੁਤ ਸਾਰੀਆਂ ਚਰਚਸ ਦੇ ਵਿੱਚ ਇਦਾਂ ਹੀ ਪ੍ਰਚਾਰ ਕੀਤਾ ਜਾਂਦਾ, ਕਦੀ ਕੋਈ ਦੁੱਖ ਨਹੀਂ ਆਉਣਾ, ਕੋਈ ਤਕਲੀਫ ਨਹੀਂ ਆਉਣੀ, ਫੱਟੇ ਚੱਕ ਦਿਓ, ਇਦਾਂ ਕਰ ਦਿਓ, ਉਦਾਂ ਕਰ ਦਿਓ। ਇਹ ਸਿੱਖਿਆ ਗਲਤ ਆ, ਸੱਚੀ ਤੁਹਾਨੂੰ ਕਹਿੰਦੀ ਆ। ਵਚਨ ਇਦਾਂ ਹੀ ਦੱਸਦਾ, ਧਰਮੀ ਉੱਤੇ ਬਹੁਤ ਮੁਸੀਬਤਾਂ ਪੈਂਦੀਆਂ ਆ, ਪਰ ਪਰਮੇਸ਼ਵਰ ਉਹਨਾਂ ਸਾਰੀਆਂ ਮੁਸੀਬਤਾਂ ਚੋਂ ਉਹਨੂੰ ਕੱਢ ਲੈਂਦਾ ਆ। ਅਸੀਂ ਜ਼ਹਿਨੀ ਤੌਰ ਤੇ, ਮਾਨਸਿਕ ਤੌਰ ਤੇ ਅਸੀਂ ਤਿਆਰ ਰਹਿਣਾ ਆ ਇਸ ਚੀਜ਼ ਦੇ ਲਈ ਕਿ ਬਿਪਤਾ ਸਾਡੇ ਉੱਤੇ ਆ ਸਕਦੀ ਆ ਪਰ ਦਬਾ ਨਹੀਂ ਸਕਦੀ। ਜੇ ਅਸੀਂ ਇਹੀ ਸੋਚਦੇ ਰਹੇ ਕਿ ਬਿਪਤਾ ਨਹੀਂ ਹੋਣੀ, ਫਿਰ ਤਾਂ ਅਸੀਂ ਕੱਚੇ ਹੀ ਰਹਿਣਾ, ਕਦੀ ਪੱਕੇ ਨਹੀਂ ਹੋਣਾ। ਫਿਰ ਤਾਂ ਚਾਰ ਛਿੱਕਾਂ ਆਈਆਂ ਤਾਂ ਮੈਂ ਨਹੀਂ ਚਰਚ ਨੂੰ ਜਾਣਾ, ਮੈਨੂੰ ਛਿੱਕਾਂ ਕਾਹਦੇ ਆ ਗਈਆਂ, ਮੈਂ ਤਾਂ ਚਰਚ ਨੂੰ ਜਾਂਦਾ, ਮੇਰਾ ਸਿਰ ਕਾਹਤੇ ਦੁਖਿਆ, ਮੈਂ ਤਾਂ ਚਰਚ ਨੂੰ ਜਾਂਦਾ, ਸਾਡੇ ਘਰ ਵਿੱਚ ਆਹ ਭਾਣਾ ਕਾਹਤੋਂ ਵਾਪਰ ਗਿਆ, ਉਹ ਕਾਹਤੋਂ ਵਾਪਰ ਗਿਆ। ਚਰਚ ਸਿਰਫ ਤੇ ਸਿਰਫ ਚੰਗਿਆਈਆਂ ਦੇ ਲਈ ਨਹੀਂ ਆ, ਇੱਥੇ ਅਸੀਂ ਜੀਵਨ ਜੀਣ ਦਾ ਸਹੀ ਤਰੀਕਾ ਸਿੱਖਦੇ ਹਾਂ, ਅਸੀਂ ਕਿੱਦਾਂ ਆਪਣੇ ਆਤਮਾ ਦੇ ਵਿੱਚ ਰਹਿ ਕੇ ਸੱਚਾਈ ਭਲਿਆਈ ਨੂੰ ਪ੍ਰਾਪਤ ਕਰਨਾ ਆ, ਕਿੱਦਾਂ ਆਤਮਕ ਦੁਨੀਆਂ ਦੇ ਵਿੱਚ ਚੱਲਣਾ ਆ, ਕਿਵੇਂ ਅਸੀਂ ਸਵਰਗ ਤੱਕ ਪਹੁੰਚਣਾ ਆ, ਕਿੱਦਾਂ ਆਪਣੇ ਪਰਮੇਸ਼ਵਰ ਦੇ ਨਾਲ ਕਨੈਕਸ਼ਨ ਦੇ ਵਿੱਚ ਆਉਣਾ, ਅਸੀਂ ਉਹ ਸਭ ਚੀਜ਼ਾਂ ਨੂੰ ਚਰਚ ਦੇ ਵਿੱਚੋਂ ਸਿੱਖਦੇ ਹਾਂ। ਸਿਰਫ ਦਰਦਾਂ ਤੋਂ ਛੁਟਕਾਰਾ ਪਾਉਣ ਦੀ ਜਗ੍ਹਾ ਹੀ ਚਰਚ ਨਹੀਂ ਆ, ਤਾਂ ਹੀ ਬਹੁਤ ਸਾਰੇ ਲੋਕ ਨਿਰਾਸ਼ ਹੋ ਕੇ ਮੁੜ ਜਾਂਦੇ, ਕਿਉਂਕਿ ਉਹ ਜ਼ਹਿਨੀ ਤੌਰ ਤੇ ਸਿਰਫ ਇਹੀ ਸੋਚ ਕੇ ਆਏ ਆ। ਉਹਨਾਂ ਦੇ ਅੰਦਰ ਇੱਕੋ ਹੀ ਚੀਜ਼ ਹੈ ਕਿ ਮੈਂ ਜਾਣਾ ਆ, ਕੁਛ ਸ਼ੂਭ ਮੰਤਰ ਹੋਣਾ ਤੇ ਬਸ। ਉਹ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਨੇਚਾ ਨਹੀਂ ਆ, ਔਰ ਫਿਰ ਉਹ ਨਿਰਾਸ਼ ਹੋ ਕੇ ਚਲੇ ਜਾਂਦੇ ਆ। ਜੇਕਰ ਅਸੀਂ ਉਸ ਬੱਚਾ ਜਨਣ ਵਾਲੀ ਤੀਵੀ ਦੇ ਵਾਂਗ ਤਿਆਰ ਰਹੀਏ ਕਿ ਇੱਕ ਦਿਨ ਦਰਦ ਦੇ ਵਿੱਚੋਂ ਦੀ ਨਿਕਲ ਕੇ ਹੀ ਸੁੱਖ ਪ੍ਰਾਪਤ ਹੋਏਗਾ, ਤਾਂ ਤੁਸੀਂ ਜ਼ਰੂਰ ਸੁੱਖ ਨੂੰ ਲੈ ਲਵੋਗੇ। ਜਦੋਂ ਮੁਸੀਬਤ ਆਉਂਦੀ ਆ, ਤੁਸੀਂ ਉਸ ਮੁਸੀਬਤ ਨੂੰ ਮੁਸੀਬਤ ਵਾਂਗ ਨਾ ਸਮਝੋ, ਸਗੋਂ ਜਣੇਪੇ ਦੀ ਪੀੜ ਦੇ ਵਾਂਗ ਸਮਝੋ ਕਿ ਇਹ ਉਹ ਦਰਦ ਆ ਜਿਹਦੇ ਬਾਅਦ ਵਿੱਚ ਇੱਕ ਖੁਸ਼ੀ ਦਾ ਜਨਮ ਹੋਣ ਵਾਲਾ ਆ, ਔਰ ਤੁਹਾਨੂੰ ਉਹ ਦਰਦ ਦੁੱਖ ਨਹੀਂ ਦੇਗੀ ਪਰ ਤੁਸੀਂ ਆਨੰਦਿਤ ਹੋਵੋਗੇ ਉਸ ਦਰਦ ਨੂੰ ਝੱਲਦਿਆਂ ਹੋਇਆਂ ਵੀ, ਕਿਉਂਕਿ ਤੁਹਾਡੇ ਕੋਲ ਇੱਕ ਉਮੀਦ ਹੋਏਗੀ ਕਿ ਇਹੀ ਉਹ ਦਰਦ ਆ ਜਿਹਦੇ ਬਾਅਦ ਵਿੱਚ ਇੱਕ ਖੁਸ਼ੀ ਪੈਦਾ ਹੋਣ ਵਾਲੀ ਆ, ਜਿਹਦੇ ਬਾਅਦ ਵਿੱਚ ਇੱਕ ਗਵਾਹੀ ਬਣਨ ਵਾਲੀ ਆ। ਇਹ ਇਹ ਬਿਮਾਰੀ ਨਹੀਂ ਆ, ਇਸ ਬਿਮਾਰੀ ਚੋਂ ਬਾਹਰ ਆਉਣਾ ਮੇਰੀ ਗਵਾਹੀ ਆ। ਹਲੇਲੂਇਆ। ਬਿਮਾਰੀ ਨੂੰ ਬਿਮਾਰੀ ਦੇ ਵਾਂਗ ਨਾ ਦੇਖੋ, ਉਹਨੂੰ ਗਵਾਹੀ ਦੇ ਵਾਂਗ ਦੇਖੋ। ਮੁਸੀਬਤ ਨੂੰ ਮੁਸੀਬਤ ਦੇ ਵਾਂਗ ਨਾ ਦੇਖੋ, ਗਵਾਹੀ ਦੇ ਵਾਂਗ ਦੇਖੋ। ਗਵਾਹੀ ਕਿੱਦਾਂ ਬਣਦੀ ਆ? ਗਵਾਹੀ ਹਰੇਕ ਬੰਦਾ ਚਾਹੁੰਦਾ ਮੇਰੇ ਜੀਵਨ ਦੇ ਵਿੱਚ ਹੋਵੇ, ਪਰ ਗਵਾਹੀ ਬਣਦੀ ਕਿੱਦਾਂ ਆ? ਜਦੋਂ ਅਸੀਂ ਸਮੱਸਿਆ ਵਿੱਚ ਸੀ ਪਰ ਪਰਮੇਸ਼ਵਰ ਦੇ ਫਜ਼ਲ ਦੇ ਨਾਲ ਸਾਡੀ ਨੇਚਰ ਦਾ ਕਰਕੇ ਅਸੀਂ ਉਸ ਸਮੱਸਿਆ ਵਿੱਚੋਂ ਬਾਹਰ ਆ ਗਏ ਤਾਂ ਕੀ ਹੋਇਆ? ਗਵਾਹੀ ਬਣ ਗਈ। ਸਮੱਸਿਆ ਵਿੱਚੋਂ ਦੀ ਹੋ ਕੇ ਨਿਕਲਣਾ ਹੀ ਗਵਾਹੀ ਆ। 7 ਸਾਲ ਬਾਂਝਪਨ ਦੇ ਵਿੱਚ ਰਹਿਣ ਦੇ ਬਾਅਦ 8ਵੇਂ ਸਾਲ ਪੁੱਤ ਜਾਂ ਧੀ ਨੂੰ ਜਨਮ ਦੇਣਾ ਹੀ ਗਵਾਹੀ ਆ। 7 ਸਾਲ ਦੀ ਉਦਾਸੀ ਤੋਂ ਛੁਟਕਾਰਾ ਪਾਉਣਾ ਹੀ ਗਵਾਹੀ ਆ। 10-10 12-12 ਸਾਲ ਰੋਣ ਦੇ ਬਾਅਦ
ਖੁਸ਼ੀ ਦਾ ਤੁਹਾਡੇ ਚਿਹਰੇ ਤੇ ਵਾਪਸ ਆਉਣਾ ਹੀ ਤੁਹਾਡੀ ਜ਼ਿੰਦਗੀ ਦੀ ਗਵਾਹੀ ਹੈ। ਦਰਦ ਦੇ ਵਿੱਚੋਂ ਨਿਕਲ ਕੇ ਹੀ ਖੁਸ਼ੀ ਦਾ ਜਨਮ ਹੁੰਦਾ ਹੈ। ਹਾਲੇਲੂਇਆ। ਔਰ ਜਦੋਂ ਖੁਸ਼ੀ ਦਾ ਜਨਮ ਹੋਏਗਾ, ਫਿਰ ਉਸ ਜਲਣ ਵਾਲੀ ਤੀਵੀਂ ਦੇ ਵਾਂਗ ਦੁੱਖਾਂ ਵੱਲ ਨੂੰ ਝਾਤੀ ਨਹੀਂ ਪੈਂਦੀ। ਫਿਰ ਉਹ ਖੁਸ਼ੀ ਇੰਨੀ ਵੱਡੀ ਆ ਕਿ ਉਹ ਸਾਰੇ ਦੁੱਖ ਭੁੱਲ ਜਾਂਦੇ ਆ। ਹਾਲੇਲੂਇਆ, ਹਾਲੇਲੂਇਆ। ਕਹਿੰਦਾ ਸੋ ਹੁਣ ਤੁਸੀਂ ਉਦਾਸ ਹੋ, ਪਰ ਮੈਂ ਤੁਹਾਨੂੰ ਫਿਰ ਵੇਖਾਂਗਾ ਅਤੇ ਤੁਹਾਡਾ ਦਿਲ ਆਨੰਦ ਹੋਵੇਗਾ, ਔਰ ਤੁਹਾਡਾ ਆਨੰਦ ਤੁਹਾਤੋਂ ਕੋਈ ਖੋ ਨਹੀਂ ਸਕੇਗਾ। ਹਾਲੇਲੂਇਆ। ਤੁਹਾਡਾ ਆਨੰਦ ਕੋਈ ਨਹੀਂ ਤੁਹਾਤੋਂ ਖੋਏਗਾ। ਅੱਜ ਤੁਸੀਂ ਉਦਾਸ ਹੋ ਸਕਦਾ ਤੁਹਾਡੇ ਕੁਛ ਕੰਮ ਅਜੇ ਨਾ ਬਣੇ ਹੋਏ ਹੋਣ, ਹੋ ਸਕਦਾ ਕੋਈ ਪੀੜ ਦਿਲ ਦੀ, ਦਿਮਾਗ ਦੀ, ਜਿਸਮ ਦੀ ਤੁਹਾਨੂੰ ਸਤਾ ਰਹੀ ਹੋਵੇ, ਪਰ ਪ੍ਰਭੂ ਕਹਿੰਦਾ ਥੋੜੇ ਚਿਰ ਬਾਅਦ ਮੈਂ ਤੁਹਾਨੂੰ ਫੇਰ ਦੇਖਾਂਗਾ ਤੇ ਤੁਸੀਂ ਉਦੋਂ ਆਨੰਦ ਨਾਲ ਭਰੇ ਹੋਏ ਹੋਵੋਗੇ। ਹਾਲੇਲੂਇਆ। ਐਕਚੁਅਲ ਦੇ ਵਿੱਚ ਪ੍ਰਭੂ ਗੱਲ ਕਰ ਰਿਹਾ ਕਿ ਉਹ ਵਾਪਸ ਆਏਗਾ ਆਪਣੇ ਲੋਕਾਂ ਦੇ ਵਿੱਚ ਉਹਨਾਂ ਨੂੰ ਦੇਖਣ ਦੇ ਲਈ। ਹਾਲੇਲੂਇਆ, ਹਾਲੇਲੂਇਆ। ਅਤੇ ਉਸ ਦਿਨ ਤੁਸੀਂ ਮੈਥੋਂ ਕੋਈ ਸਵਾਲ ਨਾ ਕਰੋਗੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ। ਕੀ ਸੱਚ ਸੱਚ ਆਖਦਾ ਹੈ ਪ੍ਰਭੂ? ਜੇ ਤੁਸੀਂ ਕੁਝ ਮੇਰੇ ਪਿਤਾ ਕੋਲੋਂ ਮੇਰਾ ਨਾਮ ਲੈ ਕੇ ਮੰਗੋ ਤੇ ਉਹ ਤੁਹਾਡੇ ਲਈ ਕਰੇਗਾ, ਉਹ ਤੁਹਾਨੂੰ ਦੇਵੇਗਾ। ਅਜੇ ਤੱਕ ਤੁਸੀਂ ਮੇਰਾ ਨਾਮ ਲੈ ਕੇ ਕੁਝ ਮੰਗਿਆ ਹੀ ਨਹੀਂ। ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਆਨੰਦ ਪੂਰਾ ਹੋਵੇ। ਹਾਲੇਲੂਇਆ। ਕਹਿੰਦਾ ਅਜੇ ਤੱਕ ਤੁਸੀਂ ਮੰਗਿਆ ਹੀ ਨਹੀਂ, ਅਜੇ ਤੱਕ ਤੁਸੀਂ ਮੰਗਿਆ ਨਹੀਂ, ਅਜੇ ਤੱਕ ਤੁਸੀਂ ਦੂਜਿਆਂ ਨੂੰ ਸਿਫਾਰਿਸ਼ ਕਰਦੇ ਮੇਰੇ ਲਈ ਮੰਗ, ਮੇਰੇ ਲਈ ਮੰਗ। ਪਾਸਟਰ ਜੀ ਤੁਸੀਂ ਪ੍ਰਭੂ ਕੋਲੋਂ ਸਾਡੇ ਲਈ ਮੰਗੋ, ਆ ਕੰਮ ਹੋ ਜਾਵੇ। ਪ੍ਰਾਰਥਨਾ ਚਾਹੁੰਦਿਆਂ ਨੂੰ ਭੈਣ ਜੀ, ਭਾਜੀ ਤੁਸੀਂ ਸਾਡੇ ਲਈ ਮੰਗੋ, ਸਾਡੇ ਲਈ ਆ ਹੋ ਜਾਵੇ। ਯਿਸੂ ਮਸੀਹ ਕੀ ਕਹਿੰਦੇ? ਅਜੇ ਤੱਕ ਤੁਸੀਂ ਕੁਝ ਮੰਗਿਆ ਹੀ ਨਹੀਂ, ਤੁਸੀਂ ਆਪ ਤਾਂ ਮਿਹਨਤ ਅਜੇ ਕੀਤੀ ਨਹੀਂ। ਅੱਜ ਤੁਸੀਂ ਮੰਗੋਗੇ ਤੇ ਤੁਹਾਡੇ ਲਈ ਪੂਰਾ ਹੋਏਗਾ ਯਿਸੂ ਮਸੀਹ ਦੇ ਨਾਮ ਚ। ਆਮੇਨ। ਹਾਲੇਲੂਇਆ, ਹਾਲੇਲੂਇਆ। ਸੋ ਵਚਨ ਵਿੱਚ ਇੱਦਾਂ ਲਿਖਿਆ ਆ, ਜ਼ਬੂਰਾਂ ਦੀ ਕਿਤਾਬ ਉਹਦਾ 30 ਨੰਬਰ ਅਧਿਆਇ ਉਹਦੀ 11 ਤੇ 12 ਨੰਬਰ ਪੰਕਤੀ 'ਚ ਇੱਦਾਂ ਲਿਖਿਆ, ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ, ਤੈਂ ਮੇਰੇ ਪਿੱਟਣ ਨੂੰ। ਪਿੱਟਦੇ ਕਦੋਂ ਆ? ਜਦੋਂ ਦੁੱਖ ਦੀਆਂ ਹੱਦਾਂ ਟੱਪ ਜਾਣ, ਜਦੋਂ ਦੁੱਖ ਬਰਦਾਸ਼ਤ ਤੋਂ ਬਾਹਰ ਹੋ ਜਾਵੇ, ਜਦੋਂ ਝੱਲ ਹੀ ਨਾ ਹੋਵੇ ਦਿਲ ਤੋਂ, ਫਿਰ ਸਰੀਰ ਵੀ ਦਿਲ ਦੇ ਨਾਲ ਜਦੋਂ ਹਰਕਤ ਵਿੱਚ ਆਉਂਦਾ ਆ ਤੇ ਉਦੋਂ ਇਨਸਾਨ ਪਿੱਟਦਾ ਆ। ਪਰ ਵਚਨ ਕਹਿੰਦਾ ਆ ਤੈਂ ਮੇਰੇ ਪਿੱਟਣ ਨੂੰ, ਮਤਲਬ ਤੈਂ ਮੇਰੇ ਬਰਦਾਸ਼ਤ ਕਰਨ ਤੋਂ ਵੱਧ ਜਿਹੜਾ ਦੁੱਖ ਸੀ, ਵੱਡੇ ਤੋਂ ਵੱਡਾ ਜਿਹੜਾ ਦੁੱਖ ਸੀ, ਤੈਂ ਮੇਰੇ ਉਸ ਦੁੱਖ ਨੂੰ ਵੀ ਖਤਮ ਕਰ ਦਿੱਤਾ। ਕਹਿੰਦਾ ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ। ਹਾਲੇਲੂਇਆ। ਕਿੰਨੀ ਸਮਰੱਥ ਹੈ ਪਰਮੇਸ਼ਵਰ ਵਿੱਚ ਕਿ ਉਹ ਸਾਡੇ ਪਿੱਟਣ ਨੂੰ, ਹੱਦ ਤੋਂ ਵੱਧ ਆਏ ਹੋਏ ਦੁੱਖ ਨੂੰ, ਜਿਹਨੂੰ ਅਸੀਂ ਕਹਿੰਦੇ ਹੁਣ ਮੇਰੇ ਤੋਂ ਝੱਲ ਨਹੀਂ ਹੁੰਦਾ, ਹੁਣ ਮੈਨੂੰ ਕੋਈ ਰਾਹ ਨਹੀਂ ਦਿਖਦਾ,
ਜਦੋਂ ਰੋਣਾ ਆਪੇ ਨਿਕਲਦਾ ਜਾਵੇ, ਜਦੋਂ ਕੁਛ ਖਾਣ ਨੂੰ ਵੀ ਜੀ ਨਾ ਕਰੇ, ਪੀਣ ਨੂੰ ਵੀ ਜੀ ਨਾ ਕਰੇ, ਜਦੋਂ ਦੁੱਖ ਬੋਲ ਕੇ ਵੀ ਦੱਸਣ ਤੋਂ ਵੱਧ ਹੋ ਜਾਵੇ, ਉਸ ਸਾਰੇ ਦੁੱਖ ਨੂੰ, ਉਸ ਸਾਰੀ ਉਦਾਸੀ ਨੂੰ, ਉਸ ਸਾਰੇ ਕਸ਼ਟ ਨੂੰ ਖਤਮ ਕਰਨ ਦੀ ਸਮਰੱਥਿਆ ਮੇਰੇ ਯਸੂ ਦੇ ਨਾਮ ਦੇ ਵਿੱਚ। ਆਮੇਨ, ਆਮੇਨ। ਤੁਸੀਂ ਇਹ ਨਾ ਸੋਚੋ ਕਿ ਮੇਰਾ ਦੁੱਖ ਬਹੁਤ ਪੁਰਾਣਾ ਹੈ, ਤੁਸੀਂ ਇਹ ਨਾ ਸੋਚੋ ਮੇਰਾ ਦੁੱਖ ਬਹੁਤ ਵੱਡਾ ਹੈ। ਹਨੇਰਾ ਭਾਵੇਂ 20 ਸਾਲ ਪੁਰਾਣਾ ਹੋਵੇ, ਮੰਨ ਲਓ ਇੱਕ ਕਮਰਾ ਆ ਉਹ ਬੰਦ ਆ 20 ਸਾਲਾਂ ਤੋਂ, ਉਹਦੇ ਅੰਦਰ ਕਦੀ ਕਿਸੇ ਨੇ ਲੋ ਨਹੀਂ ਕੀਤੀ, 20 ਸਾਲ ਪੁਰਾਣਾ ਹਨੇਰਾ ਆ ਉਹਦੇ ਅੰਦਰ, ਪਰ ਜਦੋਂ ਤੁਸੀਂ ਦੀਵਾ ਬਾਲਣਾ ਆ ਉਦੋਂ ਹੀ ਹਨੇਰਾ ਮੁੱਕ ਜਾਣਾ ਹੈ। ਸਮਝ ਲੱਗੀ? ਇੱਦਾਂ ਨਹੀਂ ਆ ਵੀ 20 ਸਾਲ ਦਾ ਹਨੇਰਾ ਖਤਮ ਕਰਨ ਲਈ ਘੱਟੋ ਘੱਟ 10 ਸਾਲ ਦਾ ਦੀਵਾ ਬਾਲਣਾ ਪਊਗਾ ਫਿਰ ਹਨੇਰਾ ਖਤਮ ਹੋਊਗਾ। ਭਾਵੇਂ ਹਨੇਰਾ ਜਿੰਨਾ ਮਰਜ਼ੀ ਪੁਰਾਣਾ ਹੋਵੇ, ਚਾਨਣ ਦੀ ਪਹਿਲੀ ਕਿਰਨ ਹਨੇਰੇ ਨੂੰ ਖਤਮ ਕਰ ਦਿੰਦੀ ਆ, ਪਰ ਯਿਸੂ ਮਸੀਹ ਨੇ ਕਿਹਾ ਜਗਤ ਦਾ ਚਾਨਣ ਮੈਂ ਹਾਂ। ਤੁਹਾਡੇ ਜੀਵਨ ਦੇ ਵਿੱਚ ਜਿੰਨਾ ਮਰਜ਼ੀ ਹਨੇਰਾ ਆ, ਜਿੰਨਾ ਮਰਜ਼ੀ ਦੁੱਖ ਆ, ਜਿੰਨਾ ਮਰਜ਼ੀ ਕਸ਼ਟ ਆ, ਅੱਜ ਉਸ ਜਗਤ ਦੇ ਚਾਨਣ ਨੂੰ ਆਪਣੇ ਜੀਵਨ ਵਿੱਚ ਲੈ ਕੇ ਦੇਖੋ, ਸਾਰਾ ਦੁੱਖ ਮੁੱਕ ਜਾਏਗਾ, ਸਾਰੇ ਕਸ਼ਟ ਮੁੱਕ ਜਾਣਗੇ, ਸਾਰਾ ਹਨੇਰਾ ਮੁੱਕ ਜਾਏਗਾ, ਸਾਰੇ ਹਨੇਰੇ ਦੇ ਕੰਮ ਮੁੱਕ ਜਾਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਕਹਿੰਦਾ ਤੇ ਮੇਰਾ ਤੱਪੜ ਲਾ ਕੇ ਆਨੰਦ ਦਾ ਕਮਰ ਕੱਸਾ ਬੰਦਾ ਹੈ। ਤੱਪੜ ਪੁਰਾਣੇ ਸਮੇਂ ਦੇ ਵਿੱਚ ਜਦੋਂ ਲੋਕੀ ਬਹੁਤ ਦੁਖੀ ਹੁੰਦੇ ਸੀਗੇ ਤੇ ਉਹ ਸੋਹਣੇ ਕੱਪੜੇ ਨਹੀਂ ਪਾਉਂਦੇ ਸੀਗੇ, ਉਹ ਤੱਪੜ ਪਾ ਲੈਂਦੇ ਸੀ ਆਪਣੇ ਉੱਤੇ, ਖੱਲ ਲੈ ਕੇ ਬਹਿ ਜਾਂਦੇ ਸੀਗੇ, ਪਸ਼ੂਆਂ ਦੀ ਖੱਲ ਜਾਂ ਜਿੱਦਾਂ ਟਾਟ ਹੁੰਦਾ ਆ ਖਜੂਰ ਦੇ ਕਾਹ ਤੋਂ ਬਣਿਆ ਹੋਇਆ ਟਾਟ ਤੱਪੜ, ਉਹ ਤਾਣ ਲੈਂਦੇ ਸੀ ਤੇ ਸਵਾਹ ਚ ਬਹਿ ਜਾਂਦੇ ਹੁੰਦੇ ਸੀ। ਉਹਦਾ ਮਤਲਬ ਸੀ ਕਿ ਇਹ ਬੰਦਾ ਬਾਹਲਾ ਹੀ ਦੁਖੀ ਆ, ਇਹ ਸੋਗ ਮਨਾ ਰਿਹਾ ਆ। ਪਰ ਵਚਨ ਇੱਦਾਂ ਕਹਿੰਦਾ ਤੈਂ ਮੇਰਾ ਤੱਪੜ ਲਾ ਦਿੱਤਾ ਤੇ ਆਨੰਦ ਦਾ ਕਮਰ ਕੱਸਾ ਬੰਨ ਦਿੱਤਾ ਆ ਮੇਰੇ। ਹਾਲੇਲੂਇਆ। ਅੱਜ ਤੁਹਾਡਾ ਸੋਗ ਖਤਮ ਹੋ ਚੁੱਕਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅੱਜ ਤੁਹਾਡੇ ਉੱਤੋਂ ਪਰਮੇਸ਼ਵਰ ਨੇ ਤੱਪੜ ਲਾ ਦਿੱਤਾ ਪ੍ਰਭੂ ਯਿਸੂ ਮਸੀਹ ਦੇ ਨਾਮ ਚ। ਬੋਲੋ, ਅੱਜ ਮੇਰੇ ਤੋਂ ਤੱਪੜ ਲਾ ਦਿੱਤਾ ਪਰਮੇਸ਼ਵਰ ਨੇ।